ਜੀ ਦੋਸਤੋ, ਆਪ ਦੇਖ ਸਕਦੇ ਜਿਹੜਾ ਬਲਬ ਹੋਲਡਰ ਹੈ ਸੀ ਲੱਕੜ ਦੇ ਵਿੱਚ, ਜੋ ਲੱਕੜ ਦੀ ਸੀਲਿੰਗ ਜੋ ਹੋਈ ਹੋਈ ਹੈ, ਜਾਣੀ ਕਿ ਕੋਲਡ ਸਟੋਰ ਬਣ ਰਹਾ ਹੈ ਜਾਂ ਹੁਣ ਵਾਇਰਿੰਗ ਕੀ ਹੋਇਆ, ਤਾਂ ਦੇਖ ਸਕਦੇ ਹਾਂ ਕਾਫ਼ੀ ਜ਼ਿਆਦਾ ਹਮਨੇ ਜੋ ਜਾਂ ਹੋਲਡਰ ਲਗਾ ਰੱਖਾ। ਇਸ ਵਾਰੇ ਕੋਲਡ ਸਟੋਰ ਮੈਂ ਹਮਨੇ 100 ਹੋਲਡਰ ਲਗਾ ਰੱਖਾ ਹੈ, ਜਾਂ ਦੇਖੇ ਜੈਸੇ ਹਮਨੇ ਜੋ ਹੋਲਡਰ ਲਗਾ ਰਹਾ। ਅਭੀ ਸਭੀ ਵਾਇਰਿੰਗ ਕੀ ਹੈ, ਸਿਰਫ ਬਾਹਰ ਤੱਕ ਕੀ ਹੈ ਵਾਇਰਿੰਗ ਇਸਕਾ, ਜੋ ਸਾਰਾ ਕੰਪਲੀਟ जैसे आप देख सकते हैं। जहाँ हमारा जो बल्ब होल्डर अभी लगने वाला है, जहाँ हमने वायर को डाल दिया है, वायर जो हमने कंप्लीट कर रखा है वह पास, अभी सभी जहाँ होल्डर लगेगा, जहाँ पे आप देख सकते हैं आप ऊपर से लगा हुआ है, क्लंप के साथ काफ़ी अच्छा लगा है, देख सकते हैं आप जो क्लंप लगा हुआ है, ये वाला हमारा क्लंप है, जो फोर हेड की मैं इससे लगाया है। ਜਲਦੀ ਕਰੋ ਜਲਦੀ।